ਦੇ ਰਿਲੇਟਡ ਹੀ ਸਵਾਲ ਪੁੱਛੂੰਗੀ। ਦੇਵੀ ਮਖਸੂਸਪੁਰੀ ਨਾਲ ਤੁਹਾਡਾ ਹੈ ਨਾ ਕਾਫੀ ਅੱਛਾ ਪਿਆਰ ਹੈ, ਸੋ ਉਹ ਤੁਹਾਡੀ ਲਾਈਫ 'ਚ ਕਿੰਨੀ ਇੰਪੋਰਟੈਂਸ ਰੱਖਦੇ ਨੇ ਹਜੇ ਵੀ? ਮੈਂ ਦੱਸਦਾ ਜੀ, ਹਜੇ ਵੀ ਕਿ ਉਹ ਜਿੰਨਾ ਚਿਰ ਮੇਰੇ ਸਾਹ ਚੱਲਦੇ ਨੇ, ਜੇ ਮੇਰੀ ਉਹ ਇੰਟਰਵਿਊ ਸੁਣਦੇ ਹੋਣਗੇ ਤਾਂ ਉਹ ਬੰਦਾ ਮੇਰੇ ਲਈ ਰੱਬ ਆ। ਮੈਨੂੰ ਜਦੋਂ ਵੀ ਮਿਲਦੇ ਆ, ਮੈਂ ਵੈਨਕੂਵਰ ਇੱਕ ਸ਼ੋਅ ਹੋ ਰਿਹਾ ਸੀਗਾ ਕਿਸੇ ਸ਼ੋਅ 'ਤੇ, ਉਹ ਵੀ ਇਨਵਾਈਟਡ ਸੀ ਔਰ ਮੈਂ ਵੀ ਸੀ। ਮੈਨੂੰ ਪਤਾ ਲੱਗ ਗਿਆ ਕਿ ਉੱਥੇ ਦੇਵੀ ਭਾਅ ਜੀ ਹੋਣੀ। ਮੈਂ ਉਹਨਾਂ ਨੂੰ ਮਾਮਾ ਜੀ ਕਹਿੰਦਾ ਕਿਉਂਕਿ ਪ੍ਰੀਤ ਮੇਰਾ ਬਹੁਤ ਕਲੋਜ਼ ਫਰੈਂਡ ਸੀ, ਔਰ ਮੈਂ ਮਾਮਾ ਜੀ ਵੀ ਕਹਿੰਦਾ ਕਿ ਵੀ ਮੈਨੂੰ ਲੱਗਾ ਉਹ ਆਏ ਹੋਏ ਨੇ ਉੱਥੇ ਸ਼ੋਅ 'ਤੇ, ਅਤੇ ਮੈਂ ਉਹ ਸ਼ੋਅ 'ਚ ਉੱਠ ਕੇ ਉਹਨਾਂ ਦੇ ਪੈਰਾਂ 'ਚ ਬਹਿ ਗਿਆ ਸੀ। ਜਦੋਂ ਵੀ ਉਹਨਾਂ ਨੂੰ ਮਿਲਦਾ, ਉਸ ਇਨਸਾਨ ਨੂੰ ਮਿਲ ਕੇ ਮੇਰੀਆਂ ਅੱਖਾਂ 'ਚ ਪਾਣੀ ਆ ਜਾਂਦਾ, ਪਤਾ ਨਹੀਂ ਕਿਉਂ, ਕਿਉਂਕਿ ਮੈਂ ਸਟਾਰਟ ਉਹਨਾਂ ਕਰਕੇ ਹੋਇਆ, ਔਰ ਅੱਜ ਵੀ ਕਹਿੰਦਾ ਔਰ ਐਂਡ ਤੱਕ ਕਹਿੰਦਾ ਕਿ ਮੈਂ ਉਹ ਇਨਸਾਨ ਹਾਂ ਜਿਹੜਾ ਆਪਦੀ ਜੜ ਨਹੀਂ ਭੁੱਲਦਾ, ਜਿਹੜੀ ਮੇਰੀ ਰਿਸਪੈਕਟ ਕਰ, ਜਿਹਨਾਂ ਨੇ ਮੈਨੂੰ ਹੈਲਪ ਕੀਤੀ ਹੈ। ਕਿਤੇ ਜੇ ਕਿਸੇ ਨੂੰ ਇੱਕ ਵਾਰੀ ਬਾਈ ਕਹਿਤਾ ਤਾਂ ਮਰਦੇ ਦਮ ਤੱਕ ਬਾਈ ਹੀ ਰਹੂਗਾ, ਜੇ ਕੋਈ ਵੀਰ ਕਹਿਤਾ ਤਾਂ ਵੀਰ ਰਹੂਗਾ। ਸੋ ਮੈਂ ਦੇਵੀ ਬਾਈ ਦੀ ਦਿਲੋਂ ਰਿਸਪੈਕਟ ਕਰਦਾ, ਐਂਡ ਉਹ ਗ੍ਰੇਟ ਗ੍ਰੇਟ ਬੰਦਾ ਆ, ਗ੍ਰੇਟ ਉਹਨਾਂ ਵਰਗਾ ਨਾ ਤਾਂ ਕੋਈ ਲਿਖ ਸਕਦਾ ਨਾ ਹੀ ਕਦੇ ਲਿਖੂਗਾ, ਜੋ ਉਹਨਾਂ ਦੀ ਰਾਈਟਿੰਗ ਸੀ। ਅੱਜ ਵੀ ਅਸੀਂ ਉਹਦੇ ਮੁਰੀਦ ਹਾਂ, ਐਂਡ ਕਦੇ ਕਦੇ ਐਂ ਵੀ ਹੁੰਦਾ ਵੀ ਜਦੋਂ ਅਸੀਂ ਕਿਤੇ ਰਾਤ ਦਾ ਟਾਈਮ ਹੁੰਦਾ ਫਿਰ ਉਹ ਪੁਰਾਣੇ ਉਹਨਾਂ ਦੇ ਗਾਣੇ ਚੱਲ ਪੈਂਦੇ ਨੇ, ਸੱਜਣਾ ਦੀ ਫੁਲਕਾਰੀ ਦੇ, ਸ਼ੀਸ਼ੇ ਤਾਂ ਪਹਿਲਾਂ ਵਾਲੇ ਨੇ, ਜਾਂ ਸੁੱਖ ਕੇ ਤਵੀਤ ਅਸੀਂ ਹੋਏ ਵੈਰ ਨੇ। ਮੈਨੂੰ ਇੱਕ ਇੱਕ ਗਾਣਾ ਯਾਦ ਆ, ਔਰ ਕਈ ਗਾਣੇ ਐਸੇ ਵੀ ਜਿਹੜੇ ਉਹਨਾਂ ਨੇ ਰਿਲੀਜ਼ ਨਹੀਂ ਕੀਤੇ, ਮੈਨੂੰ ਸੁਣਾਉਂਦੇ ਹੁੰਦੇ ਸੀ, ਉਹ ਅੱਜ ਵੀ ਮੈਨੂੰ ਯਾਦ ਨੇ ਜੀ। ਸੋ ਲਾਈਕ ਉਹ ਬੰਦਾ ਮੇਰੇ ਲਈ ਰੱਬ ਆ। ਜਿੱਦਾਂ ਤੁਸੀਂ ਕਿਹਾ ਕਿ ਸਟਾਰਟਿੰਗ ਤੋਂ ਹੈ ਨਾ ਤੁਸੀਂ ਉਹਨਾਂ ਨਾਲ ਹੋ, ਹਮੇਸ਼ਾ ਤੁਹਾਨੂੰ ਯਾਦ ਰਹਿਣਗੇ ਨਾ,